ਸਤਿ ਸ੍ਰੀ ਅਕਾਲ ਚੈਨਲ ਸ਼ਬਦ ਹੁਲਾਰੇ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਕਰਦੇ ਹਾਂ ਕਹਾਣੀ ਸ਼ੇਰ ਅਤੇ ਚੂਹੀ ਸ਼ੁਰੂ ਕਰਦੇ ਹਾਂ ਕਹਾਣੀ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਸ਼ੇਰ ਜੰਗਲ ਵਿੱਚ ਸੁੱਤਾ ਪਿਆ ਸੀ ਉੱਥੇ ਹੀ ਇੱਕ ਚੂਹੀ ਆ ਗਈ ਉਹ ਸ਼ੇਰ ਉੱਪਰ ਚੜ ਗਈ ਸ਼ੇਰ ਦੀ ਜਾਗ ਖੁੱਲ ਗਈ ਉਸਨੇ ਗੁੱਸੇ ਵਿੱਚ ਚੂਹੀ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆ ਚੂਹੀ ਨੇ ਮਿੰਤਾ ਕੀਤੀਆਂ ਕਿ ਉਹ ਉਸ ਨੂੰ ਨਾ ਮਾਰੇ ਕਿਉਂਕਿ ਉਹ ਕਦੇ ਉਸਦੇ ਕੰਮ ਆਵੇਗੀ ਸ਼ੇਰ ਨੇ ਤਰਸ ਕਰਦਿਆਂ ਚੂਹੀ ਨੂੰ ਛੱਡ ਦਿੱਤਾ ਥੋੜੇ ਦਿਨਾਂ ਦਿਨਾ ਮਗਰੋਂ ਹੀ ਉਹ ਸ਼ੇਰ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਜਦੋਂ ਸ਼ੇਰ ਗਰਜਿਆ ਤਾਂ ਉਹ ਚੂਹੀ ਉਸਦੀ ਆਵਾਜ਼ ਸੁਣ ਕੇ ਉਸ ਕੋਲ ਪਹੁੰਚ ਗਈ ਅਤੇ ਚੂਹੀ ਨੇ ਸ਼ੇਰ ਨੂੰ ਜਾਲ ਵਿੱਚ ਫਸਿਆ ਵੇਖਿਆ ਉਸ ਨੇ ਆਪਣੇ ਤੇਜ਼ ਦੰਦਾਂ ਨਾਲ ਜਾਲ ਨੂੰ ਕੱਟ ਦਿੱਤਾ ਸ਼ੇਰ ਜਾਲ ਵਿੱਚੋਂ ਬਾਹਰ ਆ ਗਿਆ ਤੇ ਉਸਨੇ ਛੋਟੀ ਚੂਈ ਵੱਲੋਂ ਉਸਦੀ ਜਾਨ ਬਚਾਉਣ ਲਈ ਧੰਨਵਾਦ ਕੀਤਾ ਸਿੱਖਿਆ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਸੋ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ